ਪਤੰਗਾਂ ਦੇ ਪੇਚੇ ਹੋਣਗੇ ਮੁਰਰੀ ਕਰਦੇ ਫਿਰ ਮੁਰਰੀ ਹੋ ਗਿਆ ਹਾਂਜੀ ਗਾਈ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਠੀਕ ਠਾਕ ਸਾਰੇ ਸੋ ਫਾਈਨਲੀ ਕਾਈਟ ਵਲੋਗ ਆ ਚੁੱਕਿਆ ਜੀ ਪਿਛਲੇ ਕਾਫੀ ਵਲੋਗ ਦੇ ਵਿੱਚ ਇੱਕ ਇੱਕ ਮਿੰਟ ਹੀ ਕਾਈਟ ਵਲੋਗ ਕਾਈਟ ਵਲੋਗ ਕਾਈਟ ਵਲੋਗ ਸੋ ਅੱਜ ਹਵਾ ਵੀ ਕਾਫੀ ਵਧੀਆ ਚੱਲ ਰਹੀ ਹੈ ਸੋ ਮੈਂ ਸੋਚਿਆ ਕਿਉਂ ਨਾ ਕਾਈਟ ਵਲੋਗ ਬਣਾਇਆ ਜਾਵੇ ਵੈਲਕਮ ਬੈਕ ਟੂ ਚੈਨਲ ਗਾਈਸ ਸੋ ਹੁਣ ਸਭ ਤੋਂ ਪਹਿਲਾਂ ਆਪਾਂ ਜਾਣਾ ਵਾ ਗੁੱਡੇ ਅਤੇ ਪਤੰਗਾਂ ਬਾਏ ਕਰਨ ਵਾਸਤੇ ਹਾਲੇ ਤਾਂ ਹਵਾ ਵਧੀਆ ਚੱਲ ਰਹੀ ਆ ਹਵਾ ਤਾਂ ਕੁਛ ਭਰੋਸਾ ਨਹੀਂ ਕਿਸੇ ਵੇਲੇ ਬੰਦ ਹੋ ਜਾਂਦੀ ਆ ਕਿਸੇ ਵੇਲੇ ਵਧੀਆ ਚੱਲਣ ਲੱਗ ਪੈਂਦੀ ਆ ਅਤੇ ਹੁਣ ਚਲੋ ਚੱਲਦੇ ਆ ਮਾਰਕੀਟ ਗੁੱਡੀਆਂ ਅਤੇ ਪਤੰਗਾਂ ਬਾਏ ਕਰਕੇ ਲਿਆਉਂਦੇ ਹਾਂ ਅਤੇ ਵਲੋਗ ਨੂੰ ਤੁਸੀਂ ਲਾਸਟ ਜ਼ਰੂਰ ਦੇਖਿਓ ਅਤੇ ਚੈਨਲ ਸਬਸਕ੍ਰਾਈਬ ਕਰ ਲਓ ਕਾਈਟਸ ਵਲੋਗ ਦੀ ਹਮੇਸ਼ਾ ਡਿਮਾਂਡ ਰਹਿੰਦੀ ਆ ਪਰ ਬਾਕੀ ਵਲੋਗ ਵੀ ਦੇਖਿਆ ਕਰੋ ਜਿੰਨਾ ਰਿਸਪੋਂਸ ਤੁਸੀਂ ਕਾਈਟ ਵਲੋਗਸ ਨੂੰ ਦਿੰਦੇ ਹੋ ਉਹ ਤਾਂ ਯਾਰ ਅਲਟੀਮੇਟ ਆ ਅਤੇ ਟਰੈਵਲ ਵਲੋਗ ਵੀ ਦੇਖਿਆ ਕਰੋ ਬਾਕੀ ਦੇ ਵੀ ਧੁੱਪ ਵੀ ਅੱਜ ਪੂਰੀ ਇੱਕਦਮ ਕੜਾਕੀ ਆ ਯਾਰ ਅਤੇ ਅੱਜ ਬਣ ਗਿਆ ਕਾਈਟ ਵਲੋਗ ਇੱਧਰ ਆਏ ਜੀ ਹੁਣ ਆਪਾਂ ਪਤੰਗਾਂ ਖਰੀਦਣ ਵਾਸਤੇ ਆ ਬਾਕਸ ਦੇ ਵਿੱਚ ਗੁੱਡੀਆਂ ਦਾ ਸਾਰੇ ਗੁੱਡੀਆਂ ਵਾ ਤੇ ਖਾਲੀ ਆ ਬਾਕਸ ਗੁੱਡੀਆਂ ਹੀ 4000 ਦਾ ਹੈ ਸਾਰੇ ਗੁੱਡੀ ਦੇ ਨਹੀਂ ਇਹ ਚ ਹੈਗੀ ਆ 5000 ਆ ਜਿਹੜਾ ਤੁਸੀਂ ਦੇਖ ਰਹੇ ਹੋ ਬਾਕਸ ਇਹ ਸਾਰਾ ਪਤੰਗਾਂ ਨਾਲ ਹੀ ਭਰਿਆ ਹੋਇਆ ਵਾ ਮਤਲਬ ਗੁੱਡੀਆਂ ਨਾਲ ਆ ਵਾਲੀਆਂ ਦੇਖ ਰਹੇ ਹੋ ਕਿੰਨੇ ਤਗੜੇ ਤਗੜੇ ਸ਼ਕੀਨ ਬੈਠਨੇ ਇਹ ਸਾਰੀਆਂ ਬਾਹਰ ਜਾਣੀਆਂ ਵਾ ਐਦਾਂ ਬਾਕਸ ਦੇ ਬਾਕਸ ਇੱਧਰ ਵੀ ਆ ਦੇਖੋ ਇਹ ਸਾਰੇ ਬਾਕਸ ਗੁੱਡੀਆਂ ਨਾਲ ਭਰੇ ਹੋਏ ਆ ਹਾਂ ਤੰਗ ਪੂਰੀ ਆਪਾਂ ਐਂ ਚੈੱਕ ਕਰਕੇ ਲੈ ਕੇ ਜਾਵਾਂਗੇ ਹਾਂ ਵਧੀਆ ਜਿਹੜੀ ਅੱਜ ਦੀ ਹਵਾ ਛੋੜ ਜਾਣ ਅੱਜ ਹਵਾ ਵੀ ਥੋੜ੍ਹੀ ਓਕੇ ਓਕੇ ਚੱਲ ਰਹੀ ਹੈ ਯਾਰ ਡਿਜ਼ਾਈਨ ਚੈੱਕ ਕਰੋ ਕਿੰਨਾ ਇਸ਼ਕ ਠੀਕ ਆ ਇਹ ਕਾਹਦੇ ਦੋ ਅਤੇ ਆਹ ਵੀ ਸਹੀ ਜਿਹੜਾ ਸਭ ਤੋਂ ਉੱਪਰ ਆ ਚੈਸ ਜਿਹੜਾ ਮਰਜ਼ੀ ਲੈ ਲਓ ਛੱਜ ਨਹੀਂ ਹੈ ਕੋਈ ਛੱਜ ਦੋ ਹਾਲੇ ਲੋਹੜੀ ਆਉਣ ਨੂੰ 2 ਮਹੀਨੇ ਪਏ ਆ ਅਤੇ ਤਿਆਰੀ ਫੁੱਲ ਜ਼ੋਰਾਂ 'ਤੇ ਆ ਸਾਰੀਆਂ ਕਟਿੰਗ ਨੇ ਇਹ ਸਾਰੇ ਗੁੱਡੇ ਬਣਨੇ ਆ ਬੰਦਾ ਕਨਫਿਊਜ਼ ਹੋ ਜਾਂਦਾ ਸਭ ਤੋਂ ਆਹ ਕਿੱਡੇ ਭਾਜੀ ਤਿੰਨ ਤਾਵੇ ਤੇ ਪਤੰਗਾਂ ਖਰੀਦ ਲਿਆਂਦੀਆਂ ਨੇ ਤੇ ਸਭ ਤੋਂ ਮੁਸ਼ਕਿਲ ਟਾਸਕ ਆ ਹੁਣ ਦੁਕਾਨ ਤੋਂ ਘਰ ਤੱਕ ਲੈ ਕੇ ਜਾਣ ਦਾ ਹਵਾ ਸਹੀ ਚੱਲ ਰਹੀ ਆ ਉੱਡ ਜਾਣਗੀਆਂ ਤੇ ਪਤੰਗ ਫੱਟ ਵੀ ਗਈ ਜਾਣਾ ਦੇਖਿਓ ਹੋ ਜਾਂਦਾ ਹੁਣ ਕਾਗਜ਼ ਆ ਕੀ ਕਰ ਸਕਦੇ ਆ ਤਿੰਨ ਤਾਵੇ ਅਤੇ ਤਿੰਨ ਪਤੰਗਾਂ ਮਤਲਬ ਕਿ ਇਹਦਾ ਸਾਈਜ਼ 3 ਤਾਵੇ ਆ ਅਤੇ ਗੁੱਡੇ ਵੀ 3 ਹੀ ਆ ਅਤੇ ਤੁਹਾਨੂੰ ਡਿਜ਼ਾਇਨ ਦਿਖਾ ਦਿੰਦੇ ਹਾਂ ਡਿਜ਼ਾਇਨ ਤਾਂ ਯਾਰ ਅੰਮ੍ਰਿਤਸਰ ਇਸ਼ਕ ਮਿਲਦੇ ਆ ਸਭ ਤੋਂ ਵਧੀਆ ਡਿਜ਼ਾਇਨ ਦੱਸੋ ਕਿਹੜਾ ਵਾ ਦੱਸੋ ਫਿਰ ਦੱਸੋ ਮੈਨੂੰ ਪਤਾ ਕਿਹੜਾ ਲੱਗਾ ਜੀ ਪਰ ਤੁਹਾਨੂੰ ਦਿਖਾਉਂਦੇ ਰੁਕੋ
ਮੈਨੂੰ ਲੱਗਾ ਉਹ ਵਾਲਾ ਆ ਮੈਂ ਚੂਜ਼ ਕੀਤਾ ਭਾਜੀ ਇਹ ਮੇਰਾ ਵਾ ਇਹ ਮੈਂ ਡਿਜ਼ਾਈਨ ਚੂਜ਼ ਕੀਤਾ ਵਾ ਤੇ ਵੀਰ ਨੇ ਕੀਤਾ ਆ ਲਾ ਤੂੰ ਆ ਕੀਤਾ ਆ ਨਾ ਸ਼ੇਪ ਵਾਈਸ ਤੂੰ ਆਪ ਕਢਾਇਆ ਭਾਜੀ ਆ ਰੰਗ ਭਰੰਗਾ ਕੱਢ ਦੋ ਮੂੰਹ ਚਲਾ ਦੱਸਿਓ ਕਿਹੜਾ ਵਧੀਆ ਵਾ ਤੇ ਪਤੰਗਾ ਵੀ ਇੱਧਰ ਆਪਾਂ ਲੈਂਦੇ ਤਿੰਨ ਕਿਉਂਕਿ ਯਾਰ ਅੱਜ ਵਾਸ ਡੋਨ ਲਈ ਲਿਆਂਦੀਆਂ ਵਾ ਜਿੰਨੀ ਅੱਜ ਉੜਨਾ ਉਹ ਯਾਰ ਤਿੰਨੇ ਤਿੰਨ ਹੀ ਉੜਦੀਆਂ ਵਾ ਲਾਲਾ ਜੇ ਇੱਕ ਤੂੜਾ ਇੱਕ ਮੈਂ ਡਾਈ ਹਾਂ ਜਾਂ ਮੇਰੀ ਵੱਡੀ ਗਈ ਦੂਜੀ ਤੂੜਾ ਲਏਗਾ ਬਸ ਇਦਾਂ ਹੀ ਆ ਬਸ ਛੁੱਟੀ ਸੋ ਆ ਵਾ ਤੇ ਦੋ ਲੈ ਆ ਹੈਗੇ ਆ ਇੱਕ ਤਾਵੀ ਡਿਜ਼ਾਈਨਰ ਤੇ ਦੋ ਕਲਰ ਦੇ ਵਿੱਚ ਪਿਆਜ਼ ਦੇ ਵਲੋਗ ਦੇ ਵਿੱਚ ਆਪਾਂ ਆ ਸਾਰੀਆਂ ਪਤੰਗਾ ਗੁੱਡੀਆਂ ਉਡਾਵਾਂਗੇ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਡੋਨੇ ਆ ਆਹੀ ਵਾਲਾ ਇਸ ਗੁੱਡੇ ਨੂੰ ਆਪਾਂ ਤਲਾਵਾਂ ਪਾ ਲਈਆਂ ਹੋਈਆਂ ਨੇ ਅਤੇ ਹਵਾ ਵੀ ਬਹੁਤ ਸੋਹਣੀ ਚੱਲ ਰਹੀ ਆ ਉਡਾਉਂਦੇ ਹਾਂ ਪਾੜਨਾ ਨਹੀਂ ਢੁੱਟੂ ਮੇਰੇ ਹਿਸਾਬ ਨਾਲ ਪਰ ਨਹੀਂ ਥੋੜ੍ਹਾ ਲੱਗਣ ਦਿਆ ਦੋਈ ਵੀਰ ਆਂਗੜੀ ਨੇ ਗੁੱਡੀ ਡਾਤੀ ਤੇ ਮੈਨੂੰ ਲੱਗਦਾ ਨਹੀਂ ਉੱਡੂਗੀ ਨਹੀਂ ਉੱਡ ਗਈ ਇਹਦੇ ਹਵਾ ਹਵਾ ਹੀ ਸਾਥ ਦੇ ਗਿਆ ਵਾ ਓਏ ਹੋਏ ਕਿੱਡਾ ਸੋਹਣਾ ਹੋ ਰਿਹਾ ਉੱਡਦਾ ਸਭ ਤੋਂ ਜ਼ਿਆਦਾ ਦੁੱਖ ਦੱਸਾਂ ਕਦੋਂ ਹੁੰਦਾ ਵਾ ਹਾਂ ਜਦੋਂ ਲੱਗੇ ਜੇ ਦੋ ਘਰਾਂ ਬਾਅਦ ਗੁੱਡੀ ਡਿੱਗ ਜੇ ਤੇ ਅਗਲੇ ਵਾਪਸ ਨਾ ਕਰਨਾ ਤੇ ਮੇਰਾ ਵੀਰ ਉਹਨੂੰ ਥੋੜ੍ਹੀ ਦੂਰ ਹੀ ਜਾਣ ਦੋ ਨਿਆਣੇ ਤੋੜ ਲੈਣ ਪਿਛਲੀ ਵਾਰੀ ਸਾਡਾ ਨਾ ਇੱਥੇ ਕੀ ਨਿਆਣੇ ਆ ਉਹਨਾਂ ਨੇ ਸਾਡਾ ਛੇ ਤਾਵਾਂ ਗੁੱਡਾ ਤੋੜਿਆ ਸੀ ਫਿਰ ਉਹ ਨਿਆਣੇ ਯਾਰ ਨਿਆਣੇ ਨੇ ਕੀ ਕਿਹਾ ਪਰ ਸਾਨੂੰ ਬਹੁਤ ਦੁੱਖ ਹੋਇਆ ਸੀ ਹਲੇ ਐਦਾਂ ਵਧਾਇਆ ਸੀ ਤਲਾਵਾਂ ਤਲਾਵਾਂ ਪਾ ਕੇ ਫਿਰ ਥੱਲੇ ਆੜ ਗਿਆ ਜਿਵੇਂ ਆੜ ਲੱਗਾ ਸੀ ਛੱਡਣਾ ਉਹਨਾਂ ਨੇ ਵੀ ਨਹੀਂ ਮੈਨੂੰ ਦੱਸਿਆ ਕੀ ਲੱਗਦਾ ਜੀ ਹਾਂਜੀ ਤੂੰ ਉਹਦੇ ਕੋਲੋਂ ਵਢਾ ਲੈਣਾ ਹੀ ਉਹ ਗੁੱਡੀ ਕੋਲੋਂ ਕਦੀ ਚੰਗਾ ਵੀ ਕੁਛ ਬੋਲ ਲਿਆ ਕਰੋ ਜਾ ਰਹੀ ਉਹਨੇ ਉਹਨੇ ਖੇਚਾ ਮਾਰ ਦੇਣਾ ਇਹਨੂੰ ਥੱਲੇ ਜਾ ਕੇ ਡਾਈਏ ਓਏ ਖੇਚਾ ਨਾ ਮਾਰੀ ਨਾ ਨਾ ਖੇਚਾ ਨਾ ਮਾਰੀਏ ਆਪਾਂ ਨਹੀਂ ਉੱਧਰ ਜਾ ਕੇ ਤੁਹਾਡੇ ਕੋਠੇ ਜਾ ਕੇ ਆਪਾਂ ਡਾਨੇ ਪੇਚਾ ਲਾਨੇ ਇਹਨਾਂ ਨਾਲ ਕਰਨੂ ਆ ਲੈਂਦੇ ਆਪਾਂ ਆਪਸ ਕਰਦੇ ਆ ਪਹਿਲਾਂ ਆ ਵਧਾਏ ਆ ਖਲੋਏ ਵਾਲੇ ਇਹ ਕਿਸੇ ਨਾਲ ਆਵਾਂਗੇ ਆਪਾਂ ਜਰ ਹਵਾ ਘੱਟ ਗਈ ਤੇ ਤੂੰ ਕਾ ਮਾਰ ਕੇ ਤੰਨਿਆ ਕਰਨਾ ਓਏ ਲੈ ਗਿਆ ਤਨ ਦੇ ਓ ਲੈ ਗਿਆ ਬਾਅਦ ਕੀ ਤੱਲਾ ਜੇ ਉਹ ਚਲਾ ਉਹ ਵੇਲਾ ਡਾ ਗੁੱਡਾ ਚੱਲਾ ਜੇ ਜੀ ਇਹ ਨਾ ਆ ਗਿਆ ਗੁਰੂਆ ਤਾਣ ਥੋੜਾ ਵਧਾ ਦੇ ਬਸ ਲੋ ਕਰਾ ਲਈ ਬੇਇੱਜ਼ਤੀ ਤਣਕੇ ਰੱਖ ਹੋ ਗਿਆ ਕੀ ਹੋ ਗਿਆ ਨਹੀਂ ਨਹੀਂ ਇਹੋ ਜਿਹੇ ਗੁੱਡੇ ਨਹੀਂ ਖਰਾਬ ਓਏ ਮੁੰਡੇ ਦੇ ਹੋਈ ਹੋ ਗਈ ਜੇ ਮੁਰਰੀ ਕਰਦੇ ਫਿਰ ਮੁਰਰੀ ਹੁਣ ਆਪਾਂ ਆਪਣੇ ਗੁੱਡੇ ਨੂੰ ਲਾਉਂਦੇ ਹਾਂ ਕਿਉਂਕਿ ਜ਼ਿਆਦਾ ਹੀ ਵੱਧ ਗਿਆ ਵਾ ਅਤੇ ਨਾ ਹੀ ਮੁੜ ਰਿਹਾ ਕਿਸੇ ਬੰਨੇ ਨਾ ਹੀ ਪੇਚਾ ਲੱਗ ਰਿਹਾ ਵਾ ਮੈਨੂੰ ਉਤਾਰ ਲਿਆ ਜਾਵੇ ਅਤੇ ਫਿਰ ਆਪਸ 'ਚ ਪੇਚ ਲਾਉਂਦੇ ਹਾਂ ਫਰਸ਼ ਖਿੰਚਾ ਹੋਈ ਨਾ ਜੀ ਖਿੰਚਾ ਆ ਗਿਆ ਛੱਡੀ ਡੋਰ ਛੱਡੀਏ ਉਹ ਵੱਡੇ ਗਏ ਉਹ ਯਾਰ ਪਤਾ ਨਹੀਂ ਲੱਗਾ ਵੇਖਿਆ ਆ ਕਾਲੇ ਨੇ ਹੱਥ ਮਾਰਿਆ ਪਤਾ ਹੀ ਨਹੀਂ ਲੱਗਾ ਯਾਰ ਉਹ ਲਾ ਨਹੀਂ ਯਾਰ ਆਪਾਂ ਨੇ ਚੱਪ ਕੱਢ ਲਿਆ ਵਾ ਚਲੋ ਜੀ
ਪਾਰਾ ਕਰ ਲਾ ਤੇ ਉਧਰ ਉੱਡ ਗਿਆ ਬਾ ਅੱਖੜ ਸੱਜ ਜੱਟ ਉੱਡ ਸਾਡੇ ਆ ਵੀ ਸੋਹਣਾ ਲੱਗਦਾ ਯਾਰ ਉੱਡਦਾ ਪਰ ਜਿਹੜਾ ਪਹਿਲੇ ਵਾਲਾ ਸੀ ਉਹ ਬਹੁਤ ਸੋਹਣਾ ਸੀ ਉਹਦਾ ਡਿਜ਼ਾਈਨ ਬਹੁਤ ਸੋਹਣਾ ਸੀ ਤੇ ਹਵਾ ਵੀ ਸੁੱਕਣਾ ਵਧੀ ਚੱਲ ਰਹੀ ਹੈ ਹੁਣ ਆਪਸ 'ਚ ਪਿੱਛੇ ਲਾਵਾਂਗੇ ਉੱਧਰ ਅੱਖੜ ਅਤੇ ਇੱਧਰ ਆਪਣਾ ਪਰਾ ਪਰੀ ਹੁੰਦੀ ਛੋਟੇ ਵਾਲੀ ਇਹ ਪਰਾ ਪਰਾ ਵਾ ਪਾਪਾ ਕਾ ਪਰਾ ਪਰਨੇ ਖਰਾਬ ਕਰਨੇ ਜ਼ਿਆਦਾ ਵਧਾਇਓ ਨਾ ਫਿਰ ਪੇਚਾ ਨਹੀਂ ਲੱਗਣਾ ਦੇਖ ਲਓ ਡਿਜ਼ਾਈਨ ਕਿੰਨਾ ਸੋਹਣਾ ਲੱਗ ਰਿਹਾ ਜੀ ਉੱਡਦਾ ਹੁਣ ਆਪਸ 'ਚ ਪੇਚੇ ਲਾਵਾਂਗੇ ਉੱਧਰੋਂ ਛੱਜ ਅੱਖੜ ਅਤੇ ਇੱਧਰ ਆਪਣਾ ਪਰਾ ਪਹਿਲੇ ਵੱਲ ਤਾਂ ਦਮ ਜ਼ਿਆਦਾ ਸੀ ਇਹ ਵੀ ਠੀਕ ਆ ਹੁਣ ਉਹ ਉੱਡੇ ਵਧਾਓ ਛੇਤੀ ਦੋਵੇਂ ਗੁੱਡੇ ਵੱਧ ਗਏ ਤੇ ਹੁਣ ਮਰੀ ਆ ਪੇਚੇ ਦੀ ਉੱਪਰ ਨੂੰ ਜਾਈ ਜਾਂਦਾ ਜੀ ਆ ਜਾ ਓਏ ਚਲੋ ਮੇਰੇ ਡੋਰ ਅੜਦੀ ਆ ਚਲ ਕੋਈ ਹੁਣ ਐ ਨਾ ਕਹਿ ਹੁਣ ਤੈਨੂੰ ਦੱਸਣਾ ਨਹੀਂ ਉਹਨਾਂ ਨੂੰ ਉਹ ਲੈ ਲਓ ਲੈ ਲਓ ਉਹ ਗੁਰੂਆ ਤੂੰ ਇੱਥੇ ਹੀ ਤੜਾ ਤੜੂ ਦੇਣਾ ਵਾ ਉਹ ਪਿੱਛੇ ਜਾ ਪਿੱਛੇ ਉਹ ਡੋਰ ਅੜ ਗਈ ਓਏ ਖਲੋ ਜਾ ਓਏ ਇੱਕ ਮਿੰਟ ਰੁਕ ਜਾ ਇੱਕ ਮਿੰਟ ਰੁਕ ਜਾ ਤੂੰ ਮੇਰੇ ਖਲ ਤੜਾ ਹੀ ਲੈਣੀ ਇਤਨਾ ਹੀ ਚੱਲ ਲੈ ਉਹ ਹਾਲੇ ਤੇ ਪੇਚਾ ਨਹੀਂ ਲੱਗਾ ਕਿਹੜਾ ਬੋ ਅੱਛਾ ਉਹ ਉਹੀ ਲਾਓ ਉਹ ਲਾਓ ਇਹ ਆਪਣਾ ਕਿਹਾ ਉਹ ਜੇ ਢਿੱਲ ਕਿਉਂ ਮਾਰਦੀ ਹੂੰ ਯਾਰ ਇਹ ਵੇਖ ਇਹ ਆ ਤੇ ਮੈਨੂੰ ਨਹੀਂ ਲੱਗਦਾ ਸੀ ਵੜ ਸਕਦਾ ਇਹ ਸਟੜੀ ਆ ਅੱਛਾ ਲੱਗਾ ਵਾ ਡੋਰਾ ਹੁਣ ਡੋਰ ਲੱਟ ਬਣ ਜਾਓ ਤੁਹਾਡਾ ਵੀ ਗਿਆ ਆਈ ਬਾਈ ਜਿਹੜਾ ਦੇਖ ਲਓ ਖੈਂਚੇ ਵੱਜ ਜਾਂਦੇ ਤਾਂ ਹੀ ਗੁੱਡਾ ਵਧਾਈ ਦੇਣੀ ਆ ਜੇ ਵੱਡਾ ਗੁੱਡਾ ਦਾ ਦਿਓ ਫਿਰ ਲਾਗੇ ਬੰਨਿਓ ਹੱਥ ਵੱਜਦੇ ਆ ਪਤੰਗ ਵਧਾਈਏ ਕੋਈ ਗੱਲ ਨਹੀਂ ਜੇ ਦੋ ਗੁੱਡੇ ਬੋ ਹੋਏ ਆ ਤੇ ਦੋ ਗੁੱਡੀਆਂ ਆ ਵੀ ਗਈਆਂ ਦੇਖਿਓ ਇੱਕ ਲੁੱਟੀ ਸੀ ਤੇ ਇੱਕ ਆਪ ਚੜ੍ਹਾਉਣ ਲਿਆਂਦੀ ਆ ਇਹ ਘਰ ਹੋਣੀਆਂ ਚਾਹੀਦੀਆਂ ਵਾ ਲਿਆਓ ਫਿਰ ਇੱਧਰ ਪਾਸ ਕਰਾਓ ਲੈ ਲਓ ਬਿਟੇ ਉਹ ਦੇਖਿਓ ਬੈਡ ਲੱਕ ਇੱਧਰ ਆ ਦੇਖਿਓ ਸਨਸੈਟ ਹੋਇਆ ਵਾ ਕਿੰਨਾ ਸੋਹਣਾ ਵਿਊ ਆ ਰਿਹਾ ਇੱਧਰ ਹੁਣ ਮਾਰੀ ਆ ਪਤੰਗ ਉਡਾਉਣ ਦੀ ਅੱਛਾ ਇਹ ਪਤੰਗ ਨੂੰ ਕਹਿੰਦੇ ਆ ਜੀ ਦੀਵਾ ਪਤੰਗ ਇੱਧਰ ਵੀ ਪਤੰਗ ਅਤੇ ਉੱਧਰ ਵੀ ਨੀਲੀ ਪਤੰਗ ਵੱਜ ਗਈ ਆ ਉਹਨਾਂ ਦੀ ਸੂਤਰੀ ਉਹਨਾਂ ਦੀ ਪਤੰਗ ਬਹੁਤ ਸੈੱਟ ਆ ਪਰ ਸਾਡੀ ਖਰਾਬ ਨਿਕਲੀ ਹੈ ਯਾਰ ਨਹੀਂ ਖਰਾਬ ਵੀ ਨਹੀਂ ਕਹਿ ਸਕਦੇ ਦੀਵਾ ਪਤੰਗ ਆ ਯਾਰ ਇਤਨਾ ਹੀ ਨਹੀਂ ਹੁਣ ਪਤੰਗਾਂ ਦੇ ਪੇਚੇ ਹੋਣਗੇ ਹਵਾ ਵੀ ਸਹੀ ਚੱਲ ਰਹੀ ਹੈ ਵਧਾ ਲੈ ਵਧਾ ਲੈ ਖਰਾਬ ਆ ਯਾਰ ਸਾਡੀ ਪਤੰਗ ਬੜਾ ਇੰਟੈਂਸ ਮਾਹੌਲ ਚੱਲਦਾ ਹੋਇਆ ਯਾਰ ਤੁਸੀਂ ਇੱਧਰ ਕਰੋ ਨਾ ਨਹੀਂ ਪੈਰ ਨਹੀਂ ਰਹਿ ਦੇਣਾ ਤਾਂ ਨੂੰ ਖਿੱਚ ਲਾ ਤਣ ਲਾ ਆ ਗਿਆ ਆ ਗਿਆ ਆ ਗਿਆ ਖਰਾਬ ਕਰਤੀ ਯਾਰ
ਮੈਂ ਤੁਹਾਨੂੰ ਸ਼ੁਰੂ ਚ ਹੀ ਕਿਹਾ ਸੀ ਕਰਨੇ ਤੇ ਆਇਆ ਓ ਇਧਰ ਨੂੰ ਕਰੋ ਇਧਰ ਨੂੰ ਕਰੋ ਯਾਰ ਆ ਵੇਖਿਓ ਓਏ ਮਸਲਾ ਹੈ ਉੱਪਰ ਉਹ ਵੀ ਉੱਪਰ ਕਿੱਥੋਂ ਉੱਡਿਆ ਵਾ ਪਤਾ ਨਹੀਂ ਕਿੱਥੋਂ ਉੱਡਿਆ ਹੁਣ ਉਹ ਬਾਹਰ ਤੇ ਠੀਕ ਆ ਮੇਰਾ ਆਪਣੇ ਲੱਗੋ ਨਹੀਂ ਆ ਰਿਹਾ ਖੇਚ ਕਿੱਦਾਂ ਦੇ ਵਾਂ ਗੁੱਡੀ ਆ ਗਿਆ ਆ ਗਿਆ ਖੇਚ 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 ਓਏ ਯਾਰ ਆਲੋ ਆ ਆ ਇਹ ਤੋਂ ਜ਼ਰਾ ਗੁੱਡਾ ਹੁਣ ਦੇ ਜਿਹੜਾ ਖੇਚਾ ਮਾਰੀ ਜਾਵਾਂ ਆਲੋ ਬਸ ਕਰ ਉਹਨੇ ਲੱਗ ਰਿਹਾ ਘਰੇ ਵਾੜ ਲੈਣਾ ਹੀ ਤੋ ਜ਼ਿਆਦਾ ਤੇ ਮੈਂ ਖਿੱਚਣੀ ਨਾ ਸਕਦਾ ਤਾਂ ਗੱਲ ਹੁਣ ਇਹ ਤੋਂ ਜ਼ਿਆਦਾ ਓਏ ਤੈਨੂੰ ਅੱਗੋ ਖਿੱਚਾ ਵੱਜ ਲੱਗੇ ਅੱਗੋ ਖਿੱਚਾ ਵੱਜ ਲੱਗੇ ਬੁਰਾ ਉਹਦੀ ਬੁਰ ਬੁਰ ਕਰਦੀ ਅੱਗੋ ਖਿੱਚਾ ਵੱਜ ਲੱਗੇ ਤੈਨੂੰ ਉਹ ਨਹੀਂ ਲੱਗਾ ਨਹੀਂ ਲੱਗਾ ਨਹੀਂ ਲੱਗਾ ਕੰਧ ਜਿਹੜਾ ਆ ਜਾਣੀ ਥੱਲੇ ਤੋਂ ਪੇਚਾ ਲਾ ਲਾ ਓਏ ਲਾ ਲਾ ਯਾਰ ਪੇਚਾ ਪਤੰਗ ਨਾ ਡੁੰਮ ਲਾ ਕੋਈ ਨੀ ਬਾਵਾ ਸਕਾ ਦੀ ਕੋਈ ਨੀ ਰੈਸਟ ਲਓ ਤੁਸੀਂ ਚਲੋ ਕੋਈ ਨੀ ਇੱਕ ਇੱਕ ਗੁੱਡੀ ਵੱਡੀ ਆ ਪਤੰਗ ਨਾ ਜਿਹੜੀ ਉਹ ਆਪਣੇ ਘਰੇ ਆਈ ਉਹ ਪਈ ਹੈ ਹੁਣ ਫਿਰ ਵਾਰ ਹੋ ਗਈ ਚਿੱਟੇ ਗੁੱਡੇ ਦੀ ਵਾਹ ਬਹੁਤ ਵਧੀਆ ਆਪਣਾ ਬਚਾਈ ਕਰ ਨਹੀਂ ਨਹੀਂ ਹੈਗਾ ਲੈ ਉਹ ਗਿਆ ਹੁਣ ਗਿਆ ਚੱਲ ਲਾ ਲਾ ਤੂੰ ਦੇਖ ਲਓ ਇਹ ਪਤੰਗ ਵੀ ਵਧਾਈ ਹੋਈ ਵਾਪਸ ਲੈ ਕੇ ਆਏ ਆ ਤੇ ਨੀਲਾ ਗੁੱਡਾ ਵਧਾਈ ਹੋਈ ਵਾਪਸ ਲੈ ਕੇ ਆਏ ਆ ਚਲੋ ਛੁੱਟੀ